ਤੇ ਮੈਂ ਆ ਖੌਤੀਆਂ ਨੂੰ ਬੇਨਤੀ ਕਰਦਾ ਕਿ ਬੜਾ ਜ਼ੋਰ ਲਾਇਆ ਕਿੱਲ ਕਿੱਲ ਕੇ ਕਿ ਐਂ ਹੋ ਗਿਆ ਐਂ ਹੋ ਗਿਆ, ਅੰਮ੍ਰਿਤਪਾਲ ਐਂ ਕਰ ਗਿਆ, ਅੰਮ੍ਰਿਤਪਾਲ ਉਹ ਕਰ ਗਿਆ, ਅੰਮ੍ਰਿਤਪਾਲ ਨੇ ਚਾਰ ਬੰਦਿਆਂ ਨੂੰ ਨਸ਼ਾ ਛੁਡਾਇਆ ਹੋਣਾ, ਕਿਸੇ ਨੂੰ ਗੁਰਬਾਣੀ ਦੇ ਲੜ ਲਾਇਆ ਹੋਣਾ, ਅੰਮ੍ਰਿਤ ਛਕਾਇਆ ਹੋਣਾ। ਪਰ ਤੁਸੀਂ ਕੀ ਬੋਲੋਗੇ ਇਸ ਮਸਲੇ 'ਤੇ? ਐਡਾ ਵੱਡਾ ਆ ਕੇ ਅਗਲਿਆਂ ਨੇ ਹਮਲਾ ਕਰਤਾ, ਹੈਰਾਨੀ ਦੀ ਗੱਲ ਹੈ। ਦੱਖਣ ਵਾਲੇ ਬੋਲ ਰਹੇ ਨੇ, ਬੰਗਾਲੀ ਬੋਲ ਰਹੇ ਨੇ, ਵੱਖ ਵੱਖ ਦੇਸ਼ ਦੇ ਸੂਬਿਆਂ ਦੇ ਵਿੱਚੋਂ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ, ਲੋਕਾਂ ਨੇ ਜ਼ਬਰਦਸਤ ਵਿਰੋਧ ਕੀਤਾ ਇਹਦਾ। ਵੱਡੇ ਵੱਡੇ ਕਲਾਕਾਰਾਂ ਨੇ, ਵੱਡੇ ਵੱਡੇ ਭਾਰਤ ਦੇ ਬੁੱਧੀਜੀਵੀਆਂ ਨੇ ਇਹਦੇ ਖਿਲਾਫ ਲਿਖਿਆ ਕਿ ਇਹ ਅਸੀਂ ਨਹੀਂ ਹੋਣ ਦੇਵਾਂਗੇ। ਪਰ ਪੰਜਾਬ ਦੇ ਵਿੱਚ ਕਿਸੇ ਕੰਮ 'ਤੇ ਜੂਨੀ ਸਰ ਕੀ ਸਭ ਚੁੱਪ ਕਰੇ ਬੈਠੇ ਆ? ਆ ਜਿਹੜੇ ਬੀਜੇਪੀ ਦੇ ਨਾਲ ਤੁਰੇ ਫਿਰਦੇ ਸਿੱਖ ਆ, ਜਿਨ੍ਹਾਂ ਨੂੰ ਇਹ ਲੱਗਦਾ ਕਿ ਮੋਦੀ ਨੇ ਪੱਗ ਬੰਨ੍ਹ ਕੇ ਗੁਰਦੁਆਰੇ ਆ ਗਿਆ, ਅਮਿਤ ਸ਼ਾਹ ਪੱਗ ਬੰਨ੍ਹ ਕੇ ਗੁਰਦੁਆਰੇ ਆ ਗਿਆ, ਖੁਸ਼ ਹੋ ਜਾਂਦੇ ਹੁੰਦੇ ਆ ਕਿ ਆਹ ਦੇਖੋ ਜੀ ਆਹ ਤਾਂ ਕਮਾਲ ਕਰਤੀ, ਮੋਦੀ ਦਾ ਸਿੱਖਾਂ ਦਾ ਬਹੁਤ ਵੱਡਾ ਹਿਤੈਸ਼ੀ ਹੈ, ਅਮਿਤ ਸ਼ਾਹ ਤਾਂ ਸਿੱਖਾਂ ਦੇ ਬਾਰੇ ਬਹੁਤ ਸੋਚਦਾ ਹੈ, ਉਹ ਇੰਨੇ 'ਚ ਖੁਸ਼ ਹੁੰਦੇ ਆ। ਆ ਪਿੱਛੇ ਜੇ ਕੱਲ੍ਹ ਪਰਸੋਂ ਚੌਥੇ ਦੀ ਗੱਲ ਹੈ, ਰਾਮਨੌਮੀ ਵਾਲੇ ਦਿਨ ਦੀ ਗੱਲ ਆ, ਉਸ ਦਿਨ ਗੁਰਦੁਆਰੇ ਦੇ ਸਾਹਮਣੇ ਸ਼ਾਇਦ ਦਿੱਲੀ ਦੀ ਉਹ ਵੀਡੀਓ ਮੈਂ ਦੇਖ ਰਿਹਾ ਸੀਗਾ, ਤਾਂ ਉਹ ਬੋਲ ਰਿਹਾ ਬੰਦਾ ਪਤਾ ਨਹੀਂ ਖੜਾ ਕੈਂਟਰ ਜੇ 'ਤੇ, ਸਿੱਖਾਂ ਦੀ ਗੱਲ ਕਰ ਰਿਹਾ ਵੀ ਜੇ ਸਿੱਖ ਨਾ ਹੁੰਦੇ ਤਾਂ ਹਿੰਦੂਆਂ ਨੇ ਇੱਥੇ ਨਹੀਂ ਹੋਣਾ ਸੀਗਾ। ਉਹ ਲੋਕ ਸਾਡੇ ਥੱਲੇ ਬੋਲੇ ਬੋਲੇ ਦੇਖਿਆ, ਆਪਣੇ ਬੰਦੇ ਐਵੇਂ ਰੌਲਾ ਪਾਉਂਦੇ ਆ, ਇਹਦਾ ਆਪਣੇ ਬਾਰੇ ਇੰਨਾ ਸੋਚਦੇ ਆ, ਉਹ ਤੁਹਾਡੇ ਵਾਲੇ ਉੱਤੋਂ ਕੁਛ ਹੋਰ ਬੋਲਦੇ, ਥੱਲੋਂ ਥੋੜੀਆਂ ਜੜਾਂ ਨੂੰ ਦਾਤੀ ਪਾਈ ਹੋਈ ਹੈ, ਜੜਾਂ ਵੱਢੀ ਤੁਰ ਜਾਂਦੇ ਆ, ਵੱਢ ਹੀ ਰਹੇ ਨੇ। ਤੁਹਾਡਾ ਇਤਿਹਾਸ ਸਾਰਾ ਖਤਮ ਕਰੀ, ਸਾਰਾ ਇਤਿਹਾਸ ਖਤਮ ਕਰੀ ਜਾਂਦੇ ਆ। ਤੁਹਾਡੀਆਂ ਨਿਸ਼ਾਨੀਆਂ, ਜਿੰਨੀਆਂ ਵਿਰਾਸਤਾਂ ਨੇ, ਜਿੰਨੀਆਂ ਸਾਡੀਆਂ ਧਰੋਹਰ ਨੇ, ਜਿਨ੍ਹਾਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਾਂ ਦੁਨੀਆਂ ਦੇ ਇਤਿਹਾਸਕਾਰਾਂ ਨੇ ਤੁਹਾਡਾ ਕੁਛ ਦੇਖ ਕੇ ਲਿਖਣਾ, ਉਹ ਸਾਰੀਆਂ ਖਤਮ ਕਰੀ ਜਾਂਦੇ ਆ। ਜ਼ਿੰਮੇਵਾਰੀ ਕਿਹਦੀ ਬਣਦੀ ਹੈ ਜਿਹੜੇ ਆਪਣੇ ਆਪ ਨੂੰ ਇੱਥੇ ਪੰਥ ਆਗੂ ਖਵਾਉਂਦੇ ਆ, ਸਿੱਖਾਂ ਦੇ, ਸਿੱਖੀ ਦਾ ਠੇਕੇ ਦਾ ਠੇਕਾ ਲਈ ਬੈਠੇ ਸਿੱਖੀ ਦਾ, ਕੋਈ ਬੋਲਿਆ ਜਾਂ ਬੋਲੂ ਜਾਂ ਵਿਰੋਧ ਕਰੂ ਜਾਂ ਕੋਈ ਆਊ ਸ਼ਟਕਾਂ ਦੇ ਇਸ ਮਸਲੇ ਨੂੰ ਲੈ ਕੇ, ਜਾਂ ਇਹਦੇ ਬਾਰੇ ਪੰਜਾਬ ਸਰਕਾਰ, ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੋਲੂਗਾ, ਜਿਵੇਂ ਦੂਜੇ ਸਟਾਲਨ ਵਰਗੇ ਬੋਲ ਰਹੇ ਨੇ, ਹੋਰ ਕਈ ਸੂਬਿਆਂ ਦੇ ਮੁੱਖ ਮੰਤਰੀ ਬੋਲੇ ਆ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ, ਤੁਸੀਂ ਇਹ ਮੁਗਲ ਕਾਲ ਨੂੰ ਨਹੀਂ ਖਤਮ ਕਰ ਰਹੇ, ਤੁਸੀਂ ਸਾਡੇ ਯੋਧਿਆਂ ਨੂੰ ਖਤਮ ਕਰ ਰਹੇ ਹਾਂ। ਇਹਦਾ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਨਾ, ਕਿ ਜੇ ਤੁਸੀਂ ਮੁਗਲ ਕਾਲ ਖਤਮ ਕਰਤਾ ਤਾਂ ਸਾਡਾ ਇਹਦਾ ਆਪ ਹੀ ਖਤਮ ਹੋ ਗਏ, ਅਸੀਂ ਕਿਵੇਂ ਜਦੋਂ ਮੁਗਲ ਹੀ ਨਹੀਂ ਇੱਥੇ ਹੋਣੇ ਤਾਂ ਅਸੀਂ ਕੀ ਕਹਾਂਗੇ? ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਿਹਨੂੰ ਕਿਹਾ? ਗੁਰੂ ਗੋਬਿੰਦ ਸਿੰਘ ਲੜਾਈ ਕਿਹਦੇ ਖਿਲਾਫ ਲੜੀ? ਅਹਿਮੀਅਤ ਕੀ ਹੁੰਦੀ ਹੈ? ਛਾਂ ਦੀ ਅਹਿਮੀਅਤ ਤਾਂ ਹੀ ਹੈ ਜੇ ਧੁੱਪ ਹੈ, ਦਿਨ ਦੀ ਅਹਿਮੀਅਤ ਤਾਂ ਹੈ ਜੇ ਰਾਤ ਹੈ, ਸੂਰਜ ਦੀ, ਚੰਨ ਦੀ ਅਹਿਮੀਅਤ ਤਾਂ ਹੈ ਜੇ ਹਨੇਰਾ ਹੈ। ਸੋ ਜੇ ਇਹ ਲੜਾਈਆਂ ਲੜੀਆਂ ਗਈਆਂ, ਜੰਗਾਂ ਲੜੀਆਂ ਗਈਆਂ, ਤਾਂ ਜਦੋਂ ਉਹੀ ਤੁਸੀਂ ਕਿਤਾਬਾਂ 'ਚੋਂ ਖਤਮ ਕਰਤਾ ਤਾਂ ਫਿਰ ਅਸੀਂ ਆਉਣ ਵਾਲੇ ਸਾਡੇ ਤਾਂ ਸਵਾਲ ਕਰਨਗੇ ਜਵਾਕ ਕਿ ਤੁਸੀਂ ਅੱਜ ਗੱਲ ਕਰਦੇ ਆ, ਇਹ ਮਰਾਠਿਆਂ ਨੂੰ ਸਵਾਲ ਹੋਣੇ ਆ ਕਿ ਸਿਵਾਜੀ ਦੀ ਗੱਲ ਕਰਦੇ ਹੋ, ਰਾਜਪੂਤਾਂ ਨੂੰ ਸਵਾਲ ਹੋਣੇ ਆ ਕਿ ਮਹਾਰਾਣਾ ਪ੍ਰਤਾਪ ਦੀ ਗੱਲ ਕਰਦੇ ਹੋ, ਕਿੱਥੇ ਹੋਇਆ ਮਹਾਰਾਣਾ ਪ੍ਰਤਾਪ, ਦੱਸੋ ਕਿਹਨਾਂ ਲੜਿਆ? ਉਹ ਕੀ ਕਹਿਣਗੇ? ਉਹ ਕਹਿਣਗੇ ਮੁਗਲਾਂ ਨੇ ਲੜਿਆ, ਫਲਾਣਿਆਂ ਨੇ ਲੜਿਆ, ਫਲਾਣਿਆਂ ਨੇ ਲੜਿਆ, ਉਹ ਕਹਿੰਦੇ ਦੱਸੋ ਮੁਗਲ ਤਾਂ ਕਹਿੰਦੇ ਆਏ ਨਹੀਂ ਇੱਥੇ, ਅਸੀਂ ਸਾਡੇ ਨਾਲ ਹੋਣਾ, ਆਪਾਂ ਕਹਾਂਗੇ ਔਰੰਗਜ਼ੇਬ ਨੇ ਭਾਈ ਆਪਣੇ ਸਾਹਿਬਜ਼ਾਦੇ ਸ਼ਹੀਦ ਕਰਵਾਤੇ, ਮੱਸੇ ਰੰਗੜ ਨੇ ਆਹ ਕੀਤਾ, ਮੀਰ ਮੰਨੂ ਨੇ ਆਹ ਕੀਤਾ, ਜਹਾਂਗੀਰ ਨੇ ਗੁਰੂ ਸਾਹਿਬ ਨੂੰ ਕੈਦ ਕਰ ਲਿਆ, ਉਹ ਕਹਿਣਗੇ ਕਿੱਥੇ ਕਿੱਥੇ ਆਇਆ ਜਹਾਂਗੀਰ, ਇੱਥੇ ਕਿੱਥੇ ਆਇਆ ਔਰੰਗਜ਼ੇਬ? ਜਦੋਂ ਜਹਾਂਗੀਰ ਦਾ ਜ਼ਿਕਰ ਨਹੀਂ, ਔਰੰਗਜ਼ੇਬ ਦਾ ਜ਼ਿਕਰ ਨਹੀਂ, ਗੁਰੂ ਗੋਬਿੰਦ ਸਿੰਘ ਦਾ, ਸਾਹਿਬਜ਼ਾਦਿਆਂ ਦਾ, ਗੁਰੂ ਹਰਗੋਬਿੰਦ ਸਾਹਿਬ ਦਾ ਜ਼ਿਕਰ ਵੀ ਨਹੀਂ ਹੋਣਾ। ਸੋ ਇਸ ਕਰਕੇ ਬਹੁਤ ਖਤਰਨਾਕ ਹਮਲਾ, ਬਹੁਤ ਖਤਰਨਾਕ ਹਮਲਾ, ਮੈਂ ਤੁਹਾਨੂੰ ਵਾਰ ਵਾਰ ਮੇਰਾ ਵੀਰ ਕਹਿ ਰਿਹਾ ਕਿ ਬੜਾ ਖਤਰਨਾਕ ਹਮਲਾ, ਇਹ ਹਮਲੇ ਤੋਂ ਸਾਨੂੰ ਇਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ। ਜਿਹੜਾ ਸਾਡੇ ਆਗੂ ਨੇ, ਦੇਖਦਾ ਮੈਂ ਕਿੰਨੇ ਕੁ ਬੰਦੇ ਇਹਦੇ ਬੋਲਦੇ ਆ ਜਾਂ ਇਹਦਾ ਵਿਰੋਧ ਕਰਦੇ ਆ, ਜਾਂ ਕਿਸ ਤਰੀਕੇ ਨਾਲ ਕਰਦੇ ਆ, ਜਾਂ ਕਿਹੜੇ ਰੂਪ 'ਚ ਕਰਦੇ ਆ। ਜਿਹੜੇ ਘਰਾਂ 'ਚ ਬੈਠੇ ਮੇਰੇ ਭਰਾ ਨੇ, ਮੇਰੀਆਂ ਭੈਣਾਂ ਨੇ, ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ, ਤੁਹਾਡੇ ਜਵਾਕ ਸਕੂਲਾਂ 'ਚ ਪੜ੍ਹਦੇ ਆ, ਪਹਿਲੀ ਗੱਲ ਤਾਂ ਜਾ ਕੇ ਉੱਥੇ ਪਤਾ ਕਰੋ ਕਿ ਜਿਹੜਾ ਇਹ ਕਿਤਾਬਾਂ ਦੇ ਵਿੱਚੋਂ ਸਿਲੇਬਸ ਇਤਿਹਾਸ ਖਤਮ ਕੀਤਾ ਗਿਆ, ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਮਤਾ ਕਹਿ ਕੇ ਸਿੱਖਾਂ ਨੂੰ ਵੱਖਵਾਦੀ ਕਿਹਾ ਗਿਆ, ਬਹੁਤ ਵੱਡਾ ਇਹ ਅਨੰਦਪੁਰ ਸਾਹਿਬ ਦੇ ਉੱਤੇ ਵੀ ਬਹੁਤ ਵੱਡੀ ਉਂਗਲ ਚੱਕੀ ਗਈ ਹੈ। ਅਨੰਦਪੁਰ ਸਾਹਿਬ ਸਿੱਖਾਂ ਦਾ ਘਰ, ਆਪਾਂ ਕਹਿੰਦੇ ਇਹ ਅਨੰਦਪੁਰ ਸਾਹਿਬ ਦੇ ਵਾਸੀ ਹਾਂ, ਗੁਰੂ ਗੋਬਿੰਦ ਸਿੰਘ ਨੇ ਸਾਡੀ ਕੌਮ ਨੂੰ ਉੱਥੇ ਸਾਜਿਆ, ਉਹਨੂੰ ਵੀ ਟਾਰਗੇਟ ਕੀਤਾ ਗਿਆ, ਨਿਸ਼ਾਨੇ 'ਤੇ ਲਿਆ ਗਿਆ। ਉਹ ਸਿਰਫ ਸਾਉਣ ਵਾਲੇ ਪੱਗਾਂ 'ਚ ਤੁਹਾਨੂੰ ਐਂ ਲੱਗਦਾ ਕਿ ਮੋਦੀ ਦਾ ਬਿਆਨ ਹੈਗਾ ਸਿੱਖਾਂ ਲਈ, ਅਮਿਤ ਸ਼ਾਹ ਦਾ ਆ ਗਿਆ, ਫਲਾਣੇ ਨੇ ਸਿੱਖਾਂ ਬਾਰੇ ਐਂ ਕਿਹਾ, ਸਿੱਖਾਂ ਬਾਰੇ ਬਹੁਤ ਵਧੀਆ ਸੋਚਦੇ ਆ, ਤੁਹਾਡੀ ਜੜ ਪੱਟਤੀ, ਇਹਨਾਂ ਨੇ ਵੱਢ ਰਹੇ ਜੜ।
ਸੋ ਉਹਨਾਂ ਭੈਣਾਂ ਭਰਾਵਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਅਪੀਲ ਆ ਬਾਈ ਤੁਹਾਡੇ 'ਚ ਵਾਕ ਜਿਹੜਾ ਪੋਤਾ ਪੋਤੀ ਪੁੱਤ ਧੀ ਭਤੀਜਾ ਭਤੀਜੀ ਪੜ੍ਹਦੇ ਆ ਮੇਰਾ ਵੀਰ ਸਕੂਲਾਂ ਜਾ ਕੇ ਜਾਂ ਆਪਣੇ ਜਵਾਕਾਂ ਦੀਆਂ ਕਿਤਾਬਾਂ ਖੋਲ੍ਹ ਕੇ ਦੇਖੋ ਜਾਂ ਘਰਾਂ ਦੇ ਵਿੱਚ ਇਤਿਹਾਸ ਦੀਆਂ ਕਿਤਾਬਾਂ ਆਪਦੇ ਤੌਰ 'ਤੇ ਲਿਆ ਕੇ ਰੱਖੋ ਜੋੜੋ ਉਹਨਾਂ ਨੂੰ ਦੱਸੋ ਕਿ ਸਾਡਾ ਆਹ ਇਤਿਹਾਸ ਹੈ ਜਿੰਨੀਆਂ ਸਾਡੀਆਂ ਇੱਥੇ ਇਤਿਹਾਸਕ ਇਮਾਰਤਾਂ ਪਈਆਂ ਨੇ ਸਾਡੀਆਂ ਵਿਰਾਸਤਾਂ ਪਈਆਂ ਨੇ ਕੋਈ ਪੁਰਾਤਨ ਸਾਡੇ ਹਥਿਆਰ ਪਏ ਨੇ ਉਹਨਾਂ ਦੇ ਉੱਤੇ ਵੀ ਆਪਣੇ ਜਵਾਕਾਂ ਆਪਣੇ ਬੱਚਿਆਂ ਨੂੰ ਮੇਰਾ ਵੀ ਲੈ ਕੇ ਜਾਓ ਦੇਖਿਓ ਕਿਤੇ ਇਹ ਇਤਿਹਾਸ ਮਨਾਂ ਮੂਹੀ ਖੂਨ ਡੁੱਲਣ ਤੋਂ ਬਾਅਦ ਇਹ ਇਤਿਹਾਸ ਹਜ਼ਾਰਾਂ ਲੱਖਾਂ ਸਿਰ ਲੱਗਣ ਤੋਂ ਬਾਅਦ ਇਹ ਬਣਿਆ ਇਹ ਇਤਿਹਾਸ ਕਿਸੇ ਕਲਮਾਂ ਕਾਨੀਆਂ ਨਾਲ ਨਹੀਂ ਲਿਖਿਆ ਗਿਆ ਇਤਿਹਾਸ ਲਹੂ ਨਾਲ ਲਿਖਿਆ ਗਿਆ ਇਹ ਇਤਿਹਾਸ ਤਲਵਾਰ ਦੀ ਨੋਕ ਨਾਲ ਲਿਖਿਆ ਗਿਆ ਸਾਡੇ ਚੱਪੇ ਚੱਪੇ 'ਤੇ ਸ਼ਹੀਦ ਹੈ ਦੁਨੀਆਂ ਦੇ ਵਿੱਚ ਕੋਈ ਐਸੀ ਕੌਮ ਨਹੀਂ ਹੋਣੀ ਜਿਹਦੇ ਕੋਲ ਇੰਨੇ ਸ਼ਹੀਦ ਹੋਣਗੇ ਪਰ ਸਾਡੇ ਸਾਰੇ ਸ਼ਹੀਦਾਂ ਦਾ ਪਹਿਲਾਂ ਨਿਰਾਦਰ ਕਰ ਰਹੇ ਨੇ ਉਹਨਾਂ ਨੂੰ ਨੀਵੇਂ ਦਿਖਾ ਕੇ ਉਹਨਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕਰ ਰਹੇ ਨੇ ਹੁਣ ਇਹਨਾਂ ਨੇ ਉਸ ਜਾ ਸਭ ਕੁਛ ਖਤਮ ਹੀ ਕਰਤਾ ਇਸ ਕਰਕੇ ਬੇਨਤੀ ਹੈ ਮੇਰਾ ਵੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਕਿ ਇਸ ਗੱਲ 'ਤੇ ਗੌਰ ਕਰੋ ਬਹੁਤ ਖਤਰਨਾਕ ਮਸਲਾ ਹੈ ਅਤੇ ਮੈਂ ਮੇਰੇ ਪੱਤਰਕਾਰਾਂ ਭਰਾਵਾਂ ਨੂੰ ਵੀ ਕਹਿਣਾ ਕਿ ਬਹੁਤ ਤੁਸੀਂ ਹੁਣ ਸਿੱਖਾਂ ਦੇ ਸਿਰ 'ਤੇ ਬਹੁਤ ਤੁਸੀਂ ਮੜਤੀਆਂ ਗੱਲਾਂ ਬਦਨਾਮੀ ਦੇ ਦਾਗ ਬਹੁਤ ਵੱਡੇ ਵੱਡੇ ਲਾ ਤੇ ਬੜਾ ਕੁਛ ਤੁਸੀਂ ਰੱਜ ਕੇ ਸਿੱਖਾਂ ਨੂੰ ਐਂ ਬਦਨਾਮ ਕਰ ਲਿਆ ਪੂਰੀ ਦੁਨੀਆ 'ਚ ਮੈਂ ਪੰਜਾਬ ਦੇ ਮੀਡੀਆ ਦੀ ਗੱਲ ਕਰਦਾ ਆਹ ਮਸਲੇ 'ਤੇ ਤੁਹਾਡਾ ਬੋਲਣਾ ਵੀ ਜ਼ਰੂਰੀ ਬਣਦਾ ਦੇਖਦੇ ਹਾਂ ਕਿ ਤੁਸੀਂ ਕਿੰਨਾ ਕੁ ਪੰਜਾਬ ਪੱਖੀ ਹੋਣ ਦਾ ਜਿਹੜਾ ਫੈਸਲਾ ਉਹ ਲੈਂਦੇ ਹੋ ਜਾਂ ਕਿੰਨਾ ਕੁ ਰੋਲ ਤੁਸੀਂ ਆਪਣਾ ਨਿਭਾਉਂਦੇ ਹੋ ਇਹਨਾਂ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਇਆ ਕਿਉਂਕਿ ਮੀਡੀਆ ਨੇ ਹੀ ਦੱਸਣਾ ਹੁੰਦਾ ਇਹ ਸਾਰੀਆਂ ਗੱਲਾਂ ਬਾਤਾਂ ਇਸ ਕਰਕੇ ਅਪੀਲ ਆ ਬਈ ਬਹੁਤ ਗੰਭੀਰ ਮਸਲਾ ਸਾਰੇ ਮੇਰਾ ਵੀਰ ਮੈਂ ਫਿਰ ਅਖੀਰ 'ਤੇ ਕਹਿਣਾ ਇਹਨੂੰ ਸਾਂਝਾ ਕਰ ਦਿਓ ਵੱਧ ਤੋਂ ਵੱਧ ਹਰ ਬੰਦਾ ਜਿੰਨੇ ਸੁਣੋਗੇ ਹਰ ਬੰਦਾ ਇਹਨੂੰ ਗਾਹਾਂ ਦੀ ਗਾਂ ਦੱਬੀ ਚੱਲੋ ਬੈਠਣਾ ਮੈਂ ਚਾਹੁੰਦਾ ਹਰ ਬੰਦੇ ਤੱਕ ਇਹ ਗੱਲ ਜਾਣੀ ਚਾਹੀਦੀ ਮੇਰੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਗੱਲ ਸੁਣਿਓ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਸਾਰਾ ਕੁਛ ਇਤਿਹਾਸ ਦੇ ਵਿੱਚੋਂ ਕਿਤਾਬਾਂ ਦੇ ਵਿੱਚੋਂ ਬਹਾਨਾ ਪਹਿਲਾਂ ਕਰੋਨਾ ਦਾ ਬਣਾਇਆ ਕਿ ਕਰੋਨਾ ਕਰਕੇ ਜਵਾਕਾਂ ਦੇ ਬੋਝ ਬਾਹਲਾ ਪੈ ਗਿਆ ਸੀਗਾ ਸਿਲੇਬਸ ਬਾਹਲਾ ਅਸੀਂ ਉਦੋਂ ਕੱਢਿਆ ਹੁਣ ਇਹਨਾਂ ਨੇ 2020 ਦੀ ਸਿੱਖਿਆ ਨੀਤੀ ਲਿਆਂਦੀ ਉਹਦੇ ਵਿੱਚ ਸਾਰਾ ਕੁਛ ਹੀ ਖਤਮ ਕਰਤਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਕੀ ਵਾਪਰਨਾ ਇਹ ਗੱਲ ਯਾਦ ਰੱਖਿਓ ਕਿਉਂਕਿ ਇਹ ਚਾਹੁੰਦੇ ਹੈ ਇੱਕੋ ਹੀ ਰੰਗ ਦੇ ਵਿੱਚ ਰੰਗ ਦੇਣਾ ਪੂਰੇ ਭਾਰਤ ਨੂੰ ਜਿੰਨੀ ਇੱਥੇ ਵਿਭਿੰਨਤਾ ਹੈ ਜਿੰਨੀ ਵੰਨਸਵੰਨਤਾ ਹੈ ਜਿੰਨੇ ਇੱਥੇ ਵੱਖ ਵੱਖ ਸੱਭਿਆਤਾਵਾਂ ਨੇ ਬੋਲੀਆਂ ਨੇ ਧਰਮਾਂ ਨੇ ਸਭ ਖਤਮ ਕਰਕੇ ਇੱਕੋ ਹੀ ਰੰਗ ਦੇ ਵਿੱਚ ਰੰਗਣ ਨੂੰ ਕਰਦੇ ਆ ਆਉਣ ਵਾਲੇ ਹਾਲਾਤ ਬੜੇ ਮਾੜੇ ਨੇ ਬੜੇ ਖਤਰਨਾਕ ਨੇ ਸੋਚ ਸਮਝ ਕੇ ਚੱਲੋ ਦਿਮਾਗ ਨਾਲ ਚੱਲੋ ਆਪਣੀ ਸਮਝਦਾਰੀ ਹਰ ਗੱਲ 'ਤੇ ਬਣਾ ਕੇ ਆਪ ਚੱਲਿਆ ਕਰੋ ਮੇਰਾ ਵੀਰ ਸੋ ਸਾਰੀਆਂ ਗੱਲਾਂ ਗੌਰ ਨਾਲ ਸੁਣਿਓ ਅਤੇ ਇਹ ਵੀ ਇੱਕ ਗੱਲ ਦਾ ਖਿਆਲ ਰੱਖਿਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਬੰਦੇ ਇਸ ਗੱਲ ਨੂੰ ਲੈ ਕੇ ਸਾਡੀਆਂ ਧਾਰਮਿਕ ਸੰਸਥਾਵਾਂ ਸਿੱਖ ਸੰਸਥਾਵਾਂ ਸਾਡੀਆਂ ਸਮਾਜਿਕ ਸੰਸਥਾਵਾਂ ਸਾਡੇ ਜਿਹੜੇ ਵਿਦਵਾਨ ਕੋਈ ਬੁੱਧੀਜੀਵੀ ਕਮਾਉਂਦੇ ਆ ਕੋਈ ਜਿਹੜੇ ਹਰ ਗੱਲ ਦੇ ਉੱਤੇ ਬੋਲਣ ਨੂੰ ਆਪਣਾ ਉਹ ਹੱਕ ਸਮਝਦਾ ਕਿ ਸਾਨੂੰ ਬਹੁਤ ਪਤਾ ਕਿ ਅਸੀਂ ਹਰ ਗੱਲ ਦੇ ਉੱਤੇ ਆਪਣੀ ਪ੍ਰਤੀਕਿਰਿਆ ਦੇਣੀ ਹੈ ਕੀ ਉਹ ਬੰਦੇ ਬੋਲਣਗੇ ਕੀ ਇਹਨਾਂ ਮਸਲਿਆਂ ਨੂੰ ਉਠਾਉਣਗੇ ਸੋ ਇਸ ਕਰਕੇ ਬੇਨਤੀ ਹੈ ਸਾਰੇ ਮੇਰਾ ਵੀਰ ਗੱਲ ਨੂੰ ਗੌਰ ਦਿਓ ਪੂਰੀ ਧਿਆਨ ਰੱਖਿਓ ਇਹ ਬਹੁਤ ਵੱਡਾ ਹਮਲਾ ਹੈ ਇਤਿਹਾਸ ਖਤਮ ਹੋ ਗਿਆ ਕਹਿੰਦੇ ਹੁੰਦੇ ਕਿਸੇ ਬਹੁਤ ਵੱਡੇ ਵਿਦਵਾਨ ਨੇ ਲਿਖਿਆ ਵੀ ਜੇ ਤੁਸੀਂ ਇਤਿਹਾਸ ਨੂੰ ਮਾਰੋਗੇ ਇਤਿਹਾਸ ਨੂੰ ਖਤਮ ਕਰੋਗੇ ਇਤਿਹਾਸ 'ਤੇ ਕਹਿੰਦੇ ਹੁੰਦੇ ਜੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਮਾਰ ਦੂ ਤੋਪ ਨਾਲ ਖੁੰਡੂਗਾ